ਤੇ ਤੇ ਰੋਲਾ ਪੈ ਪੈਣਾ ਯਾਰ। ਵਾ ਇੰਨੇ ਬਸ ਕਰ ਸਾਫ ਕਰਨ ਦਿਓ। ਉੱਠੀ ਪਹਿਲੀ ਪੀੜੀ ਨਾ ਵਾਲਾ ਰੀ ਨਾ ਸਾਫ ਕਰ ਦੇ ਨਾ। ਹੈਲੋ ਉੱਠੀ ਮਠਿਆਈ ਲਾ ਜੀ। ਵਾਰ ਦੇਖ ਸਕਦੇ ਜੀ ਹਮਾਰੇ ਸ਼ਹਿਰ ਕਾ ਮਾਹੌਲ ਕੈਸਾ ਹੈ, ਕਿੰਨਾ ਪਿਆਰਾ ਮਾਹੌਲ ਹੈ ਜੀ, ਕਿਉਂਕਿ ਬਾਦਲ ਬਣੇ ਹੋਏ ਇਸ ਵਜ੍ਹਾ ਸੇ ਮੌਸਮ ਪਿਆਰਾ ਹੈ ਔਰ ਵਿਊ ਵੀ ਪਿਆਰਾ ਹੈ। ਓਏ ਮਿਠਾਈ ਲੈ ਗਿਆ ਤੈਨੂੰ ਮੈਂ ਕਿਹਾ ਤਾ ਵੀ ਬਸ ਲੈ ਕੇ ਆਉਣੀ ਨਹੀਂ ਆਉਣੀ। ਦੱਸ ਤੂੰ ਮਿਠਾਈ ਲੈ ਆਉਣੀ ਜਾਂ ਨਹੀਂ ਆ ਲੈ ਆਉਣੀ? ਲੈ ਕੇ ਆ ਤੂੰ ਹੁਣੇ ਲੈ ਕੇ ਆਉਣਾ। ਤੈਨੂੰ ਮੈਂ ਕਿਹਾ ਹੁਣੇ ਮਿਠਾਈ ਲੈ ਕੇ ਆ। ਅੱਛਾ ਯਾਰ ਛੋਟਾ ਸਾ ਬੱਚਾ ਜੀ ਲਗਾ ਰਿਹਾ ਹੈ ਰੋਟੀ, ਰੋਟੀ ਬਣਾ ਕੇ ਲਗਾ ਰਿਹਾ ਹੈ ਔਰ ਆਪ ਲੋਕੋ ਕੋ ਦਿਖਾਤੇ ਹੈ ਕਿ ਮਤਲਬ ਇੱਕ ਰੋਟੀ ਮੈਂ ਜੀ ਪੈਸੇ ਲਗਾਏਗਾ, ਪੈਸੇ ਰੋਟੀ ਕੇ ਉੱਪਰ ਰੱਖ ਕੇ ਤੰਦੂਰ ਕੇ ਅੰਦਰ ਲਗਾਏਗਾ ਔਰ ਆਪ ਲੋਕੋ ਦਿਖਾਏਂਗੇ ਕਿ ਵੋ ਪੈਸੇ ਸਹੀ ਸਲਾਮਤ ਨਿਕਲੇਂਗੇ, ਬਿਲਕੁਲ ਵੀ ਨਹੀਂ ਜਲੇਂਗੇ, ਠੀਕ ਹੈ ਨਾ। ਤੋ ਜੇ ਆਪ ਦਸਤ ਲਗਾਉਣ ਵਾਲਾ ਹੈ ਦੇਖਤੇ ਹੈ ਕਿਆ ਜਲਤੇ ਹੈ ਜਾਂ ਨਹੀਂ ਜਲਤੇ। ਲਾ ਇਹ ਸੜ ਸਾ ਨਹੀਂ ਉੜਦਾ ਰੁਪਏ। ਲੋ ਜੀ 10 ਰੁਪਏ ਰੋਟੀ ਕੇ ਅੰਦਰ ਉੱਪਰ ਰੱਖ ਕੇ ਲਗਾ ਦੇ ਤੰਦੂਰ ਕੇ ਅੰਦਰ, ਅਬ ਦੇਖਤੇ ਹੈ। ਨੌ ਲਾ ਤੂੰ 1000 ਰੁਪਏ ਵਾਲਾ, ਠੀਕ ਹੈ। ਦਾਲ ਰੋਟੀ ਜਿਹੜੀ ਉਹ ਸਾਈਡ 'ਤੇ ਕੱਢਣੀ ਹੈ, ਠੀਕ ਹੈ। 10 ਰੁਪਏ ਵਾਲੀ ਰੋਟੀ ਆਪਣੇ ਸਾਈਡ 'ਤੇ ਨਿਕਾਲਣੀ ਹੈ। ਵੀਵਰ ਆਪ ਦੇਖ ਰਹੇ ਹੈ ਜੀ 10 ਰੁਪਏ ਰੋਟੀ ਕੇ ਅੰਦਰ ਲਗਾ ਕੇ ਤੰਦੂਰ ਮੈਂ ਲਗਾ ਦੀ ਔਰ ਦੇਖਤੇ ਹੈ ਕਿ 10 ਰੁਪਏ ਸਹੀ ਸਲਾਮਤ ਨਿਕਲਤੇ ਹੈ ਕਿ ਨਹੀਂ। ਚੈੱਕ ਕਰਾ ਐਸ ਇਧਰ ਆ, ਇਧਰ ਚੈੱਕ ਕਰੇ ਵੀਵਰ 10 ਰੁਪਏ ਬਿਲਕੁਲ ਠੀਕ ਠਾਕ ਵਾਪਸ ਆ ਗਏ। ਤੂੰ ਛਾ ਬਿਲਕੁਲ ਸਹੀ तो जैसा कई बार आप लोग देख रहे हैं जी आंधी शुरू हो गई है और ठंडी ठंडी हवाएं हैं, क्योंकि बाकी इलाकों में ज़्यादातर बारिश हुई है, हमारे इलाके में बारिश नहीं हुई तो इसलिए ठंडी ठंडी हवाएं हैं। और माशाल्लाह से काफ़ी ज़बरदस्त मौसम बन गया है, देख सकते हैं जी आप आंधी ही आंधी है लेकिन इतनी तेज़ आंधी नहीं है, लेकिन ना दूर दूर तक मतलब जो उसकी मिट्टी उड़ रही है ना ज़्यादा नहीं है इतनी खास, और ठंडी ठंडी हवाएं हैं।